इस वेले दी वड्डी खबर आ रही है कि कौमी इंसाफ मोर्चे दे 7 प्रबंधकां दे उत्ते FIR दर्ज हो गई है। 307 धाराएं दे तहत जिथे 7 प्रबंधकां दे उत्ते FIR दर्ज हुई है उत्थे 150 अणपछाते प्रदर्शनकारियों दे उत्ते भी FIR दर्ज हो गई है। तुहानू दस दिए कि कल CM दी कोठी दा घिराव करन जा रहे इन्हां प्रदर्शनकारियों दी पुलिस दे नाल झड़प हो गई, जिथे दोनों दे विचकार बहुत वड्डा जिहड़ा टकराव हो गया सी, जिस तों बाद लगातार तस्वीर जिहड़ियां सी तुहानू दिखाईयां जा रही सी। उस तों बाद अज चंडीगढ़ पुलिस ते पंजाब पुलिस दे वल्लों जिहड़ियां इह धाराएं दे तहत 307 धाराएं दे तहत इह जिहड़ी FIR है वह दर्ज कर दी गई है। तुहानू दस दईए कि इहदे विच कुछ नामी शख्सियतां दे नाम भी शामिल ने, जिन्हां दे विच जगतार हवारा दे धर्मी पिता गुरचरण सिंह दा नाम भी दर्ज है, उन्हां दे उपर भी FIR दर्ज होई है ते इस दे नाल ही 150 अणपछाते प्रदर्शनकारियां दे उत्ते FIR दर्ज होई है। पुलिस उपर पथराव करन ते अटैम्प टू मर्डर दीआं धारावां लगाईआं गईआं ने, जिस दे तहत चंडीगढ़ दे सैक्टर 36 दे पुलिस स्टेशन दे विच मामला दर्ज किया गया है। चंडीगढ़ दे पंजाब पुलिस ने 307 धारावां दे तहत इह जिहड़ा FIR है मामला है वह दर्ज किया है। इस दी होर जानकारी दे लई साडे नाल साडे पत्रकार जुड़ चुके ने वनीत। सो वनीत, की जानकारी है इस दे बारे तुहाडे कोल? बिल्कुल, देखो जिस ढंग दे नाल कल कौमी इंसाफ मोर्चे दी तरफों CM रिहायश दी तरफों जदों मार्च किया गया सी, उस समां जिहड़े निहंग सिंह ने जां फिर प्रदर्शनकारी है उन्हां दी पुलिस दे नाल झड़प होई सी। इस झड़प दे विच कई पुलिस वाले जिहड़े ने ਉਹ ਜ਼ਖਮੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਹੁਣ ਐਕਸ਼ਨ ਮੋਡ ਦੇ ਵਿੱਚ ਆਉਂਦੀ ਹੋਈ ਨਜ਼ਰ ਆਈ। ਔਰ ਪੁਲਿਸ ਦੀ ਤਰਫੋਂ ਵੱਖ ਵੱਖ ਧਾਰਾਵਾਂ ਦੇ ਚਲਦੇ ਜਿਹੜੇ FIR ਹੈ ਇੱਕ ਦਰਜ ਕੀਤੀ ਗਈ ਹੈ। FIR ਨੰਬਰ 63 ਜਿਹੜੀ ਹੈ ਸੈਕਟਰ 36 ਥਾਣਾ ਪੁਲਿਸ ਦੀ ਤਰਫੋਂ ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ 12 ਧਾਰਾਵਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਗਈਆਂ ਨੇ। ਇਹ 12 ਧਾਰਾਵਾਂ ਦੇ ਵਿੱਚ ਧਾਰਾ 307 ਜਿਹੜੀ ਹੈ ਉਹ ਸ਼ਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ 120B ਜਿਹੜੀ ਹੈ ਉਹ ਸ਼ਾਮਿਲ ਕੀਤੀ ਗਈ ਹੈ। 323 ਦੀ ਧਾਰਾ ਲਾਈ ਗਈ ਹੈ, 353 ਲਾਈ ਗਈ ਹੈ, 332 ਲਾਈ ਗਈ ਹੈ, 147, 188। ਇਸ ਤੋਂ ਇਲਾਵਾ ਆਰਮਡ ਐਕਟ ਦੀ ਧਾਰਾਵਾਂ ਵੀ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਗਈਆਂ ਨੇ। ਔਰ ਆਹ ਜਿਹੜੀ FIR ਹੈ, FIR ਸਿੱਧੇ ਤੌਰ ਤੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ ਨੇ, ਜੋ ਉਸਦੇ ਵਿੱਚ ਅਸੀਂ ਗੁਰਚਰਨ ਸਿੰਘ ਦੀ ਗੱਲ ਕਰੀਏ, ਜਿਹੜੇ ਧਰਮੀ ਪਿਤਾ ਨੇ ਜਗਤਾਰ ਸਿੰਘ ਹਵਾਰਾ ਦੇ, ਬਲਵਿੰਦਰ ਸਿੰਘ ਦੀ ਗੱਲ ਕਰੀਏ, ਲੋਕ ਅਧਿਕਾਰ ਲਹਿਰ ਦੀ ਗੱਲ ਕਰੀਏ, ਅਮਰ ਸਿੰਘ ਚਹਿਲ ਦੀ ਗੱਲ ਕਰੀਏ, ਦਿਲਸ਼ੇਰ ਸਿੰਘ ਦੀ ਗੱਲ ਕਰੀਏ, ਜਾਂ ਫਿਰ ਸਤਵਿੰਦਰ ਸਿੰਘ ਰਾਜਪੁਰਾ ਦੀ ਗੱਲ ਕਰੀਏ, ਇਸ ਦੇ ਨਾਲ ਹੀ ਰੁਪਿੰਦਰਜੀਤ ਸਿੰਘ ਦੀ ਗੱਲ ਕਰੀਏ, ਔਰ ਉਸ ਤੋਂ ਬਾਅਦ ਅਣਪਛਾਤੇ ਲੋਕ ਜਿਹੜੇ ਨੇ ਇਹਨਾਂ ਦੇ ਖਿਲਾਫ FIR ਜਿਹੜੀ ਹੈ ਉਹ ਦਰਜ ਹੋਈ ਹੈ। ਯਾਨੀ 7 ਜਿਹੜੇ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕ, ਬਾਕੀ ਅਣਪਛਾਤੇ ਲੋਕਾਂ ਦੇ ਖਿਲਾਫ FIR ਜਿਹੜੀ ਹੈ ਉਹ ਦਰਜ ਹੋਈ ਹੈ। ਪੁਲਿਸ ਜਿਹੜੀ ਐਕਸ਼ਨ ਮੋਡ ਦੇ ਵਿੱਚ ਆਉਂਦੀ ਹੋਈ ਨਜ਼ਰ ਆਈ ਹੈ, ਕਿਉਂਕਿ ਪੁਲਿਸ ਨੇ ਇੱਥੇ FIR ਦੇ ਵਿੱਚ ਜਿਸ ਢੰਗ ਦੀ ਗੱਲ ਕੀਤੀ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਬੈਨਰ ਹੇਠ ਅੱਜ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਪ੍ਰਦਰਸ਼ਨ ਦੇ ਵਿੱਚ ਜਦੋਂ ਮਟੋਰ ਬੈਰੀਅਰ ਤੋਂ ਚੰਡੀਗੜ੍ਹ ਪੁਲਿਸ ਦੇ ਬੈਰੀਅਰ ਦੀ ਤਰਫ ਪ੍ਰਦਰਸ਼ਨਕਾਰੀ ਪਹੁੰਚਦੇ ਨੇ ਤੇ ਉਹ ਪੁਲਿਸ ਦੇ ਉੱਪਰ ਹਮਲਾ ਕਰਦੇ ਨੇ। ਹਮਲੇ ਦੀ ਗੱਲ ਕੀਤੀ ਗਈ ਹੈ ਕਿ ਧਾਰ ਹਥਿਆਰਾਂ ਨਾਲ ਹਮਲਾ ਹੋਇਆ, ਪਥਰਾਵ ਹੋਇਆ, ਜਿਸ ਦੇ ਵਿੱਚ ਤਕਰੀਬਨ 30-40 ਪੁਲਿਸ ਵਾਲੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇਸ ਤੋਂ ਬਾਅਦ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਯਾਨੀ ਹੁਣ ਸਿੱਧੇ ਤੌਰ ਤੇ ਪੁਲਿਸ ਜਿਹੜੀ ਐਕਸ਼ਨ ਮੋਡ ਜਾਂਦੀ ਨਜ਼ਰ ਆ ਰਹੀ ਹੈ, FIR ਦਰਜ ਹੋ ਚੁੱਕੀ ਹੈ, ਛੇਤੀ ਜਿਹੜੀ ਗ੍ਰਿਫਤਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਸਕਦਾ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਵਨੀਤ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਇਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਹਮਣੇ ਆਈ ਹੈ ਕਿ ਕੱਲ੍ਹ ਜਿਹੜੀ ਝੜਪ ਹੋਈ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ, ਯਾਨੀ ਕਿ ਜਿਹੜਾ ਪੱਕਾ ਮੋਰਚਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੱਗਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਕੌਮੀ ਇਨਸਾਫ ਮੋਰਚੇ ਦਾ ਜਿਹੜਾ ਜੱਥਾ ਹੈ CM ਦੀ ਰਿਹਾਇਸ਼ ਨੂੰ ਘੇਰਨ ਜਾ ਰਿਹਾ ਸੀ, ਜਿੱਥੇ ਬੈਰੀਕੇਡਿੰਗ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅਤੇ ਜਿੱਥੇ ਦੋਨਾਂ ਦੇ ਵਿਚਕਾਰ ਝੜਪ ਹੋ ਗਈ, ਜਿੱਥੇ ਲਗਭਗ 30-40 ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਜ਼ਖਮੀ ਹੋਏ ਨੇ ਅਤੇ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਵੀ ਜਿਹੜੀਆਂ ਆ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ ਅਤੇ ਨਾਲ ਦੀ ਨਾਲ ਪਾਣੀ ਦੀਆਂ ਬੁਸ਼ਾਰਾਂ ਜਿਹੜੀਆਂ ਨੇ ਉਹ ਵੀ ਵਰਾਈਆਂ ਗਈਆਂ। ਪਰ ਇਹ ਬਹੁਤ ਹੀ ਵੱਡਾ ਅਤੇ ਜਿਹੜਾ ਟਕਰਾਵ ਸੀ ਕੱਲ੍ਹ ਦਾ, ਉਸ 'ਤੇ ਹੁਣ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। FIR ਦਰਜ ਹੋ ਗਈਆਂ ਨੇ 7 ਜਿਹੜੇ ਪ੍ਰਬੰਧਕਾਂ ਦੇ ਉੱਤੇ ਅਤੇ ਨਾਲ 150 ਅਣਪਛਾਤੇ ਵਿਅਕਤੀਆਂ ਦੇ ਉੱਤੇ, ਅਤੇ ਜਲਦੀ ਹੀ ਜਿਹੜਾ ਗ੍ਰਿਫਤਾਰੀਆਂ ਦਾ ਸਿਲਸਿਲਾ ਆ ਉਹ ਵੀ ਵੇਖਣ ਨੂੰ ਮਿਲੇਗਾ, ਸ਼ੁਰੂ ਹੋ ਜਾਵੇਗਾ। ਹੋਰ ਖਬਰਾਂ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ। ਧੰਨਵਾਦ।